ਲੁਧਿਆਣਾ ਦੇ ਗਿੱਲ ਚੌਕ ਨੇੜੇ ਇੱਕ ਵਿਅਕਤੀ ਵੱਲੋਂ ਇੱਕ ਬਜ਼ੁਰਗ ਦੇ ਨਾਲ ਮਾਰਪਿੱਟ ਕਰਨ ਦਾ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਆਰੋਪੀ ਇੱਕ ਨਾਮਧਾਰੀ ਬਜ਼ੁਰਗ ਸਿੱਖ ਦੀ ਦਾੜੀ ਖਿੱਚ ਕੇ ਉਸਦੀ ਬੇਅਦਬੀ ਕਰ ਰਿਹਾ ਹੈ। ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ ਅਤੇ ਇਸ ਸੰਬੰਧ ਵਿੱਚ ਪੀੜਿਤ ਵੱਲੋਂ ਸਿਵਲ ਹਸਪਤਾਲ ਵਿੱਚ ਮੈਡੀਕਲ ਵੀ ਕਰਵਾਇਆ ਗਿਆ ਹੈ। ਪੀੜਿਤ ਹਰਚਰਨ ਸਿੰਘ ਦੇ ਮੁਤਾਬਕ ਉਹਨਾਂ ਨੇ ਮਾਤਾ ਰਾਣੀ ਚੌਂਕ ਨੇੜੇ ਸਥਿਤ ਸ੍ਰੀ ਗੁਰੂ ਅਮਰਦਾਸ ਬੇਕਰੀ 'ਚ ਕੰਮ ਕਰਨ ਦਾ ਠੇਕਾ ਲਿਆ ਸੀ, ਪਰ ਬਿਮਾਰ ਹੋ ਜਾਣ ਦੇ ਚਲਦਿਆਂ ਉਹ ਕੰਮ ਪੂਰਾ ਨਹੀਂ ਕਰ ਸਕੇ। ਬੀਤੀ ਸ਼ਾਮ ਜਦੋਂ ਗਿੱਲ ਰੋਡ 'ਚ ਆਪਣੀ ਦੁਕਾਨ ਦੇ ਬਾਹਰ ਮੌਜੂਦ ਸਨ ਤਾਂ ਆਰੋਪੀ ਦੁਕਾਨਦਾਰ ਨੇ ਉਹਨਾਂ ਨਾਲ ਆ ਕੇ ਮਾਰਪੀਟ ਕੀਤੀ ਅਤੇ ਉਹਨਾਂ ਦੀ ਦਾੜੀ ਖਿੱਚ ਕੇ ਬੇਅਦਬੀ ਕੀਤੀ। ਮਾਰ ਕੁੱਟ ਮੈਂ ਬੈਠਾ ਹੋਇਆ ਸੀ, ਪਿੱਛੋਂ ਆ ਕੇ ਮਾਰ ਕੁੱਟਣ ਲੱਗ ਗਿਆ ਅਤੇ ਮੇਰੇ ਦਾੜੀ ਤੋਂ ਫੜ ਕੇ ਤੁਹਾਨੂੰ ਮਾਰਨ ਲੱਗ ਗਏ, ਮੇਰੇ ਦੰਦ ਮੂੰਹ 'ਤੇ ਮਿਲਦੇ ਹਨ। ਕੰਮ ਕਾਰ ਥੋੜ੍ਹਾ ਲੇਟ ਹੋਣ ਕਰਕੇ ਕੀ ਕੰਮ ਕੀ ਤੁਹਾਡਾ ਕੰਮ ਕੰਮ ਅਸੀਂ ਸਟੀਲ ਦਾ ਕੰਮ ਕਰਦੇ ਹਾਂ। ਨਾ ਕੋਈ ਗੱਲਬਾਤ ਨਹੀਂ ਹੋਈ। ਪੈਸੇ ਦਾ ਲੈਣ ਦੇਣ ਤੁਹਾਡੇ ਕੰਮ ਲੇਟ ਕਰਕੇ 10,000 ਰੁਪਏ ਪਿੱਛੇ ਸਾਨੂੰ ਪਿੱਛੇ ਮਾਰ ਦੋ ਕੰਮ ਲੇਟ ਕਰਤਾ, ਦਿੱਤਾ ਹੋਰ ਕੋਈ ਗੱਲ ਨਹੀਂ ਕੀਤੀ। ਕਿੰਨੇ ਦਿਨ ਦਾ ਲੇਟ ਸੀਗਾ ਜੀ ਕੰਮ ਤੁਹਾਡਾ? ਕੰਮ 2 ਮਹੀਨੇ ਲੱਗ ਗਏ, ਮੈਂ ਬਿਮਾਰ ਹੋ ਗਿਆ ਸੀ। ਪੁਲਿਸ ਚੌਕੀ ਮਿਲਰਗੰਜ ਦੇ ਇੰਚਾਰਜ ASI ਬਲਬੀਰ ਸਿੰਘ ਦੇ ਮੁਤਾਬਕ ਉਹ ਦੋਨੋਂ ਪੱਖਾਂ ਦੇ ਬਿਆਨ ਲੈ ਕੇ ਮਾਮਲੇ ਦੀ ਜਾਂਚ ਕਰ ਰਹੇ ਨੇ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪਹਿਲੀ ਗੱਲ ਹੈ, ਸਾਡੇ ਕੋਲ ਕੱਲ੍ਹ ਪਹਿਲਾਂ ਪ੍ਰੀਤਮ ਸਿੰਘ ਆਇਆ ਸੀ, ਕੰਪਲੇਂਟ ਦੇ ਕੇ ਗਿਆ ਸੀਗਾ ਵੀ ਮੈਂ ਪੈਸੇ ਲੈਣੇ ਸੀ। ਉੱਥੇ ਉਹ ਉਸ ਸ਼ੋਪ ਦੇ ਉੱਤੇ ਆਇਆ ਹੋਇਆ ਸੀਗਾ ਅਤੇ ਉੱਥੇ ਕਦੇ ਇਕੱਠੇ ਹੋ ਗਏ ਵੀ ਉਹ ਕਹਿੰਦਾ ਕੁੱਟਮਾਰ ਹੋਈ ਹੈ ਅਤੇ ਵੀ ਇੱਕ ਬੰਦਾ ਜਿਹੜਾ ਹੈਗਾ ਐਕਟਿਵਾ ਛੱਡ ਗਿਆ, ਸਾਨੂੰ ਕੰਪਲੇਂਟ ਦੇ ਗਿਆ ਸੀਗਾ। ਉਸ ਤੋਂ ਬਾਅਦ ਰਾਤ ਨੂੰ ਦੂਸਰੀ ਪਾਰਟੀ ਜਿਹੜੀ ਹੈਗੀ ਹੈ ਉਹ ਕਰੀਬ 8 ਵਜੇ ਆ ਕੇ ਕੰਪਲੇਂਟ ਉਹ ਵੀ ਦੇ ਕੇ ਗਈ ਹੈ ਵੀ ਇੱਦਾਂ ਕਿ ਸਾਡੇ ਬਜ਼ੁਰਗ ਇੱਕ ਮੈਡੀਕਲ ਵੀ ਦੇ ਕੇ ਗਏ ਅਤੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਅਤੇ ਮੈਡੀਕਲ ਲਿਆ ਕੇ ਜੋ ਵੀ ਲੀਗਲ ਹੋਊਗਾ ਅਸੀਂ ਐਕਸ਼ਨ ਲਵਾਂਗੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।